ਕਰੋਨਾ ਵਾਇਰਸ ਇੱਕ ਵਾਇਰਲ ਡਿਸੀਜ਼ ਹੈਗੀ ਹੈ ਜਿਹੜੀ ਕਿ ਚਾਈਨਾ, ਇਰਾਨ ਔਰ ਇਟਲੀ ਦੇ ਵਿੱਚ ਕਾਫੀ ਫੈਲੀ ਹੋਈ ਹੈ। ਇੱਕ ਬਹੁਤ ਛੋਟਾ ਜਿਹਾ ਬਹੁਤ ਸੂਖਮ ਜਿਹਾ ਵਾਇਰਸ ਹੈਗਾ ਜਿਹੜਾ ਇਹ ਇੱਕ ਜਿਹੜਾ ਕੋਈ ਵੀ ਟਰੈਵਲ ਕਰਕੇ ਆਇਆ ਹੈਗਾ, ਹਵਾਈ ਸਫ਼ਰ ਕਰਕੇ ਆਇਆ ਹੈ, ਉਹਨੂੰ ਜੇ ਉਹ ਇਨਫੈਕਸ਼ਨ ਇਸ ਏਰੀਏ ਵਿੱਚ ਆ ਕੇ ਲੈ ਆ ਜਾਂਦਾ ਅਤੇ ਉਹ ਜਿਹੜਾ ਦੂਸਰੇ ਇਨਸਾਨ ਨੂੰ ਉਹਦਾ ਫੈਲਣ ਦਾ ਡਰ ਹੁੰਦਾ। ਪਰ ਇਹ ਜਿਹੜਾ ਇਨਫੈਕਸ਼ਨ ਹੈ ਇੱਕ ਵਾਇਰਲ ਡਿਸੀਜ਼ ਹੈ, ਇਹਦੇ ਵਿੱਚ ਖਾਂਸੀ, ਤੇਜ਼ ਬੁਖਾਰ, ਥਕਾਵਟ ਅਤੇ ਕਿਸੇ ਕਿਸੇ ਨੂੰ ਜ਼ੁਕਾਮ, ਜ਼ਿਆਦਾਤਰ ਜ਼ੁਕਾਮ ਨਹੀਂ ਹੁੰਦਾ ਅਤੇ ਖਾਂਸੀ ਅਤੇ ਤੇਜ਼ ਬੁਖਾਰ ਹੁੰਦਾ ਹੈਗਾ। ਇਹ ਤੋਂ ਬਚਣ ਦਾ ਇੱਕ ਜਿਹੜਾ ਇਹ ਤਰੀਕਾ ਹੈ ਕਿ ਆਪਣੇ ਜਿਹੜੇ ਹੱਥ ਹੈਗੇ ਆ ਸਾਫ਼ ਰੱਖੋ, ਕਿਸੇ ਵੀ ਸਰਫੇਸ ਨੂੰ ਟੱਚ ਕਰਦੇ ਹੋ, ਕਿਤੇ ਤੁਸੀਂ ਬਾਹਰ ਜਾਂਦੇ ਹੋ ਜਦੋਂ ਸਰਫੇਸ ਨੂੰ ਕਿਸੇ ਨੂੰ ਟੱਚ ਕਰਦੇ ਹੋ ਤਾਂ ਉਸ ਤੋਂ ਬਾਅਦ ਹੱਥ ਜਿਹੜੇ ਆ ਬਹੁਤ ਜਲਦੀ ਧੋ ਲੈਣੇ ਚਾਹੀਦੇ ਆ ਜਾਂ ਸੈਨੀਟਾਈਜ਼ਰ ਦੇ ਨਾਲ ਸਾਫ਼ ਕਰ ਲੈਣੇ ਚਾਹੀਦੇ ਆ। ਅਤੇ ਗਲਾ ਜਿਹੜਾ ਸੁੱਕਣ ਨਹੀਂ ਦੇਣਾ ਚਾਹੀਦਾ, ਵਾਰ ਵਾਰ ਪਾਣੀ ਪੀਣਾ ਚਾਹੀਦਾ ਜਾਂ ਲਿਕੁਇਡ ਜਿਹੜੇ ਵਾਰਮ ਲਿਕੁਇਡ ਹੈਗੇ ਉਹ ਲੈਣੇ ਚਾਹੀਦੇ ਆ। ਜੇ ਕਿਸੇ ਵੀ ਇਨਸਾਨ ਨੂੰ ਇਹ ਜਿਹੜੀ ਉਹ ਇਸ ਤਰ੍ਹਾਂ ਦੇ ਸਿੰਪਟਮ ਜਾਂ ਲੱਛਣ ਜੇ ਦੇਖਦੇ ਆ ਉਸ ਤੋਂ ਇੱਕ ਮੀਟਰ ਦੀ ਘੱਟੋ ਘੱਟ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਅਤੇ ਜਿਨ੍ਹਾਂ ਨੂੰ ਇਹ ਸਿੰਪਟਮ ਹੈਗੇ ਆ ਉਹਨਾਂ ਨੂੰ ਚਾਹੀਦਾ ਕਿ ਛਿੱਕਣ ਲੱਗਿਆਂ ਜਾਂ ਖੰਘਣ ਲੱਗਿਆਂ ਹੱਥ ਦੇ ਆਪਣੇ ਹੱਥ ਸਿੱਧੇ ਹੱਥ ਦੇ ਨਾਲ ਨਾ ਟੱਚ ਕਰਨ, ਰੁਮਾਲ ਦੇ ਨਾਲ ਜਾਂ ਟਿਸ਼ੂ ਪੇਪਰ ਦੇ ਨਾਲ ਉਹਨੂੰ ਉਹ ਆਪਣੇ ਹੱਥ ਖੰਘਣ ਔਰ ਦੂਜਿਆਂ ਦਾ ਵੀ ਬਚਾਅ ਰੱਖਣ, ਆਪਣਾ ਵੀ ਬਚਾਅ ਕਰਨ। ਅਤੇ ਜਿਹੜਾ ਇੱਕ ਮੀਟਰ ਦੀ ਦੂਰੀ ਹੈਗੀ ਘੱਟੋ ਘੱਟ ਉਹ ਜ਼ਰੂਰ ਰੱਖਣੀ ਚਾਹੀਦੀ ਹੈ। ਜਿਹੜੇ ਜ਼ਿਆਦਾ ਰਸ਼ ਵਾਲੇ ਏਰੀਆਜ਼ ਹੈਗੇ ਉੱਥੇ ਜਾਣਾ ਅਵੋਇਡ ਕਰਨਾ ਚਾਹੀਦਾ। ਅਤੇ ਜਿਹੜਾ ਮਰੀਜ਼ ਕਿਸੇ ਕੋਈ ਵੀ ਜਿਸ ਏਰੀਆ ਦੇ ਵਿੱਚ ਜਾਂ ਜਿਸ ਘਰ ਦੇ ਵਿੱਚ ਕੋਈ ਵੀ ਬੰਦਾ ਸਵਾਈ ਸਫ਼ਰ ਕਰਕੇ ਆਇਆ ਉਹਨਾਂ ਦੇ ਘਰਦਿਆਂ ਨੂੰ ਵੀ ਇਹ ਅਹਿਤਿਆਤ ਰੱਖਣੀ ਚਾਹੀਦੀ ਹੈ ਕਿ ਉਸ ਤੋਂ ਥੋੜ੍ਹਾ ਦੂਰੀ ਬਣਾ ਕੇ ਰੱਖਣ। ਔਰ ਜੇ ਉਹਨੂੰ ਕੋਈ ਇਸ ਤਰ੍ਹਾਂ ਦੇ ਲੱਛਣ ਦਿਖਦੇ ਆ ਤਾਂ ਤੁਰੰਤ ਉਹਨਾਂ ਨੂੰ ਜਿਹੜਾ ਨੇੜੇ ਦਾ ਕੋਈ ਵੀ ਸਰਕਾਰੀ ਹਸਪਤਾਲ ਹੈ ਜਾਂ ਕੋਈ ਵੀ ਸੰਸਥਾ ਹੈਗੀ ਉੱਥੇ ਜਾ ਕੇ ਜਾਂ ਡਾਕਟਰ ਦੇ ਨਾਲ ਕੰਟੈਕਟ ਕਰਨਾ ਚਾਹੀਦਾ ਔਰ ਆਪਣੇ ਟੈਸਟ ਕਰਵਾਉਣੇ ਚਾਹੀਦੇ ਆ। ਔਰ ਜਦੋਂ ਇਹ ਜਿਹੜਾ ਮਰੀਜ਼ ਕੋਈ ਵੀ ਹੈ ਜਿਹਨੂੰ ਇਹ ਸਿੰਪਟਮਸ ਹੋਣ ਉਸ ਤੋਂ ਜਿਹੜਾ ਥੋੜ੍ਹਾ ਆਪਣੇ ਆਪ ਨੂੰ ਉਹਨੂੰ ਆਪਣੇ ਘਰ ਦੇ ਵਿੱਚ ਹੀ ਰੱਖਣਾ ਚਾਹੀਦਾ, ਬਾਹਰ ਘੱਟ ਨਿਕਲਣਾ ਚਾਹੀਦਾ। ਅਤੇ ਨਾਲ ਜਿਹੜਾ ਹੈਗਾ ਕਿ ਆਪਣੀ ਜਿਹੜੀ ਇਲਾਜ ਜਿਹੜਾ ਟੈਸਟ ਜਿਹੜੇ ਹੈਗੇ ਆ ਉਹ ਸਰਕਾਰੀ ਸੰਸਥਾ ਦੇ ਵਿੱਚ ਜਾ ਕੇ ਕਰਵਾਉਣੇ ਚਾਹੀਦੇ ਆ। ਇਹੀ ਹੈਗਾ, ਇਸ ਤੋਂ ਬਿਮਾਰੀ ਤੋਂ ਬਚਿਆ ਜਾ ਸਕਦਾ। ਪਰ ਜਿਹੜੀਆਂ ਇਹ ਜੇ ਆਪਾਂ ਜਿਹੜੀਆਂ ਇਹ ਲੱਛਣ ਜੇ ਕਿਸੇ ਨੂੰ ਦਿਖਦੇ ਹੈਗੇ ਆ ਤਾਂ ਉਸ ਬੰਦੇ ਤੋਂ ਆਪਾਂ ਦੂਰੀ ਬਣਾ ਕੇ ਰੱਖੀਏ ਅਤੇ ਆਪਣੇ ਜਿਹੜਾ ਪ੍ਰੋਪਰ ਆਪਣਾ ਇਲਾਜ ਕਰਵਾਈਏ। ਜਿਹੜੀਆਂ ਅਫਵਾਹਾਂ ਹੈਗੀਆਂ ਕਿ ਕਿਸੇ ਹੋਰ ਤਰੀਕੇ ਨਾਲ ਫੈਲਦਾ ਹੈਗਾ ਜਾਂ ਕੋਈ ਕਹਿੰਦਾ ਕਿ ਉਸ ਏਰੀਏ ਦੇ ਵਿੱਚ ਕੋਈ ਮਰੀਜ਼ ਆ ਗਿਆ ਹੈਗਾ, ਜਦੋਂ ਤੱਕ ਉਸ ਮਰੀਜ਼ ਦੇ ਟੈਸਟ ਨਹੀਂ ਹੋ ਜਾਂਦੇ ਜਾਂ ਡਾਕਟਰੀ ਤੌਰ 'ਤੇ ਉਹਨੂੰ ਕਨਫਰਮ ਨਹੀਂ ਹੋ ਜਾਂਦਾ ਉਹਦੇ ਬਾਰੇ, ਇਹ ਨਹੀਂ ਕਹਿਣਾ ਚਾਹੀਦਾ ਕਿ ਉਹਨੂੰ ਜੀ ਕਰੋਨਾ ਵਾਇਰਸ ਹੋ ਗਿਆ। ਜੇ ਸਧਾਰਨ ਕਿਸੇ ਨੂੰ ਖਾਂਸੀ, ਜ਼ੁਕਾਮ ਜਾਂ ਬੁਖਾਰ ਹੈ ਉਹ ਜ਼ਰੂਰੀ ਨਹੀਂ ਕਿ ਕਰੋਨਾ ਵਾਇਰਸ ਹੈ, ਉਹਦਾ ਪ੍ਰੋਪਰ ਡਾਕਟਰ ਤੋਂ ਇਲਾਜ ਕਰਨਾ ਚਾਹੀਦਾ। ਔਰ ਇਹਨੂੰ ਕਰੋਨਾ ਸਮਝ ਕੇ ਨਹੀਂ ਜਿਹੜਾ ਪੈਨਿਕ ਨਹੀਂ ਫੈਲਾਉਣਾ ਚਾਹੀਦਾ, ਸਗੋਂ ਇਸ ਤੋਂ ਬਚਾਅ ਕਰਨ ਦੇ ਜਿਹੜੇ ਉਪਾਅ ਜਿਹੜੇ ਹੈਗੇ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ। ਆਪਣੇ ਹੱਥਾਂ ਦੀ ਸਫਾਈ ਰੱਖੋ, ਵਾਰ ਵਾਰ ਆਪਣੇ ਹੱਥਾਂ ਨੂੰ ਧੋਵੋ, ਥੋੜ੍ਹੀ ਥੋੜ੍ਹੀ ਦੇਰ ਬਾਅਦ ਕੁਛ ਨਾ ਕੁਛ ਪੀਂਦੇ ਰਹੋ ਅਤੇ ਜਿਹੜੀਆਂ ਰਸ਼ ਵਾਲੀਆਂ ਥਾਵਾਂ 'ਤੇ ਜਾਣਾ ਅਵੋਇਡ ਕਰੋ।